ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਚੋਰ ਚੁਸਤ ਕੱਚਾ ਪੱਕਾ ਪੁਲਿਸ ਸੁਸਤ, ਥਾਣਾ ਕੱਚਾ ਪੱਕਾ ਦੇ ਬਿਲਕੁਲ ਨਜ਼ਦੀਕ ਪੈਂਦੇ ਗੁਰਦੁਆਰਾ ਸਾਹਿਬ ਵਿਖੇ ਚੋਰਾਂ ਨੇ ਕੀਤੀ ਚੋਰੀ, ਗੋਲਕ ਸਮੇਤ DVR ਲੈ ਖਿਸਕੇ ਚੋਰ। ਸਬ ਡਿਵੀਜ਼ਨ ਭਿੱਖੀ ਪਿੰਡ ਅਧੀਨ ਆਉਂਦੇ ਥਾਣਾ ਕੱਚਾ ਪੱਕਾ ਦੇ ਕਰੀਬ 765 ਮੀਟਰ ਦੀ ਦੂਰੀ ਤੇ ਪੈਂਦੇ ਗੁਰਦੁਆਰਾ ਸਾਹਿਬ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਪਿੰਡ ਖੇਚਾਲ ਵਿਖੇ ਰਾਤ ਸਮੇਂ ਚੋਰਾਂ ਵੱਲੋਂ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਪ੍ਰੈਸ ਨਾਲ ਗੱਲਬਾਤ ਕਰਦਿਆਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸੁਖਰਾਜ ਸਿੰਘ ਨੇ ਕਿਹਾ ਕਿ ਸਵੇਰੇ ਤੜਕ ਸਾਰ ਜਦੋਂ ਗੁਰਦੁਆਰਾ ਸਾਹਿਬ ਵਿਖੇ ਆਏ ਤਾਂ ਉਹਨਾਂ ਦੇਖਿਆ ਕਿ ਗੁਰਦੁਆਰਾ ਸਾਹਿਬ ਜੀ ਦੇ ਮੁੱਖ ਦਰਵਾਜ਼ੇ ਦਾ ਲੌਕ ਟੁੱਟਾ ਹੋਇਆ ਹੈ ਅਤੇ ਦਰਵਾਜ਼ਾ ਕੁਝ ਕੁ ਹੱਦ ਤੱਕ ਖੁੱਲ੍ਹਾ ਹੋਇਆ ਸੀ। ਜਦੋਂ ਗੁਰਦੁਆਰਾ ਸਾਹਿਬ ਦੇ ਅੰਦਰ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵੱਲ ਨਿਗਾਹ ਮਾਰੀ, ਜੋ ਕਿ ਬਿਲਕੁਲ ਠੀਕ ਠਾਕ ਸਨ। ਪਰੰਤੂ ਜਦੋਂ ਗੋਲਕ ਵੱਲ ਨਿਗਾਹ ਮਾਰੀ ਤਾਂ ਗੋਲਕ ਉੱਥੇ ਨਹੀਂ ਸੀ। ਤਾਂ ਉਹਨਾਂ ਗੁਰਦੁਆਰਾ ਸਾਹਿਬ ਜੀ ਦੀ ਕਮੇਟੀ ਨੂੰ ਫੋਨ ਕੀਤਾ। ਜਦ ਸਮੂਹ ਕਮੇਟੀ ਗੁਰਦੁਆਰਾ ਸਾਹਿਬ ਵਿਖੇ ਪਹੁੰਚੀ ਤਾਂ ਕਮੇਟੀ ਨੇ ਸਾਰਾ ਕੁਝ ਚੈੱਕ ਕੀਤਾ। ਤਾਂ ਕਮੇਟੀ ਨੇ ਦੇਖਿਆ ਕਿ ਚੋਰਾਂ ਵੱਲੋਂ ਕੈਮਰਿਆਂ ਦਾ DVR ਵੀ ਉੱਧਰ। ਦੂਜੇ ਪਾਸੇ ਇਸ ਸੰਬੰਧੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਥਾਣਾ ਕੱਚਾ ਪੱਕਾ ਦੀ ਪੁਲਿਸ ਤੇ ਇਲਜ਼ਾਮ ਲਗਾਇਆ ਕਿ ਇੱਥੇ ਪਹਿਲਾਂ ਵੀ ਕਾਫੀ ਵਾਰ ਚੋਰੀ ਹੋ ਚੁੱਕੀ ਹੈ, ਲੇਕਿਨ ਪੁਲਿਸ ਵੀ ਕੋਈ ਵੀ ਕਾਰਵਾਈ ਕਰਨ ਤੋਂ ਕੰਨੀ ਕਤਰਾਉਂਦੀ ਹੈ। ਉੱਧਰ ਜਦੋਂ ਇਸ ਸੰਬੰਧੀ ਥਾਣਾ ਕੱਚਾ ਪੱਕਾ ਦੇ ASI ਬਚਿੱਤਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਚੋਰੀ ਹੋਈ ਗੋਲਕ ਨੂੰ ਪਿੰਡ ਮਰਗਿੰਦਪੁਰਾ ਦੇ ਸ਼ਮਸ਼ਾਨ ਘਾਟ ਵਿੱਚੋਂ ਬਰਾਮਦ ਕਰ ਲਿਆ ਗਿਆ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੈ ਕੀਤੀ ਜਾ ਰਹੀ ਹੈ। ਲੇਕਿਨ ਜਦੋਂ ਪੱਤਰਕਾਰਾਂ ਵੱਲੋਂ ASI ਤੋਂ ਇਹਨਾਂ ਵਾਰ ਵਾਰ ਹੋ ਰਹੀਆਂ ਚੋਰੀਆਂ ਬਾਰੇ ਪੁੱਛਿਆ ਗਿਆ ਤਾਂ ਉਹ ਕੋਈ ਵੀ ਠੋਸ ਜਵਾਬ ਨਹੀਂ ਦੇ ਸਕੇ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਥਾਣਾ ਕੱਚਾ ਪੱਕਾ ਦੀ ਪੁਲਿਸ ਲੋਕਾਂ ਦੀ ਜਾਨ ਮਾਲ ਦੀ ਰਾਖੀ ਅਤੇ ਨਿੱਤ ਦੇ ਹੋ ਰਹੇ ਕ੍ਰਾਈਮ ਨੂੰ ਠੱਲ ਪਾਉਣ ਵਿੱਚ ਕਿੰਨੀ ਵਚਨਬੰਧ ਹੈ। ਮੇਰਾ ਸੁਖਵਿੰਦਰ ਸਿੰਘ ਹੈ ਜੀ। ਇਹਦੇ ਬਾਰੇ ਮਤਲਬ ਕਿ ਸੜਕੇ ਮਤਲਬ ਕਿ 6 ਵਜੇ ਆਏ ਬਾਬਾ ਜੀ, ਅਤੇ ਉਹ ਕੁੰਡਾ ਤੋੜਿਆ ਹੋਇਆ ਅਤੇ ਉਹਨਾਂ ਅੰਦਰ ਆਣ ਕੇ ਵੇਖਿਆ ਅਤੇ ਇੱਕ ਗੋਲਕ ਨਹੀਂ ਹੈਗੀ ਅਤੇ ਬਾਕੀ ਜਿਹਦੇ ਵਿੱਚ ਮਤਲਬ ਕੈਮਰੇ ਦਾ ਆਉਂਦਾ ਆ ਫੋਟੋ, ਮਤਲਬ ਉਹ ਵੀ ਸੀਵਰ ਜਿਹਾ ਵੀ ਨਹੀਂ ਹੈਗਾ ਜੀ। ਹਾਂਜੀ, ਇਹ ਜਿਹੜਾ ਗੁਰਦੁਆਰਾ ਸਾਹਿਬ ਇੱਥੋਂ ਥਾਣਾ ਕਿੰਨੀ ਕੁ ਦੂਰੀ 'ਤੇ ਆ? ਇੱਥੋਂ 50 ਮੀਟਰ ਹੋਣਾ, 50 ਮੀਟਰ ਹੋਊਗਾ ਤਕਰੀਬਨ। ਹਾਂਜੀ, ਅਤੇ ਕੀ ਕਹਿਣਾ ਚਾਹੋਗੇ ਪ੍ਰਸ਼ਾਸਨ ਦੀ ਇਸ ਅਣਗਹਿਲੀ ਬਾਰੇ? ਇਹ ਤਾਂ ਅਣਗਹਿਲੀ ਕਰਕੇ ਜੀ, ਇਹ ਤਾਂ ਲਾਗੇ ਮਤਲਬ ਨਾਲ ਹੀ ਸਰ 20-25 ਆਪਣੇ ਮੀਟਰ 'ਤੇ ਹੈਗਾ ਆਪਣੇ ਠੇਕਾ ਸੀਗਾ, ਉਹ ਵੀ ਮਤਲਬ ਕਿ ਮਤਲਬ ਇੱਥੋਂ ਚੋਰੀ ਹੋ ਚੁੱਕਾ ਹੈ ਅਤੇ ਬਾਕੀ ਹੋਰ ਵੀ 1-2-3 ਵਾਰਦਾਤਾਂ ਇੱਥੇ ਹੋਈਆਂ ਨੇ ਅਤੇ ਪਰ ਕੋਈ ਮਤਲਬ ਕਿ ਪ੍ਰਸ਼ਾਸਨ ਵੱਲੋਂ ਕੋਈ ਇੱਥੇ ਸੁਵਿਧਾ ਹੈ ਨਹੀਂ, ਕੋਈ ਸੁਣਵਾਈ ਹੈ ਨਹੀਂ ਗੀ। ਅਤੇ ਬਾਕੀ ਇੱਥੋਂ ਦਾ ਅਸੀਂ ਇਹੋ ਹੀ ਮੰਗ ਕਰਦੇ ਹਾਂ ਵੀ ਇੱਥੋਂ ਦਾ ਮਤਲਬ ਕਿ ਜਿਹੜਾ ਹੈਗਾ ਹੈ ਕੋਈ ਇਹਨੂੰ ਸੁਧਾਰ ਕੀਤਾ ਜਾਵੇ, ਇੱਥੇ ਮਤਲਬ ਇਹੋ ਜਿਹੀਆਂ ਘਟਨਾ ਜਿਹੜੀਆਂ ਉਹ ਨਾ ਹੋਣ। ਬਾਬੇ, ਜਿਵੇਂ ਕਿ ਆਪਾਂ ਜਾਣਦੇ ਹਾਂ ਵੀ ਜਿਹੜੀ ਆ ਪੰਜਾਬ ਪੁਲਿਸ ਵੱਲੋਂ ਇੱਕ ਪੁਲਿਸ ਪੈਟਰੋਲਿੰਗ ਕੀਤੀ ਜਾਂਦੀ ਹੈ, ਕੀ ਤੁਸੀਂ ਕਦੀ ਇੱਥੇ ਪੁਲਿਸ ਪੈਟਰੋਲਿੰਗ ਕਰਦੇ ਦੇਖਿਆ ਗਿਆ ਪੁਲਿਸ ਨੂੰ? ਵੇਖੋ ਜੀ, ਕਦੀ ਜੇ ਇਹ ਚੀਜ਼ ਹੋਈ ਹੋਵੇ ਤਾਂ ਫਿਰ ਇਹੋ ਜਿਹੀਆਂ ਘਟਨਾ ਕਿਉਂ ਵਾਪਰਨਾ? ਹਾਂਜੀ, ਜੇ ਇਹਨਾਂ ਦਾ ਮਤਲਬ ਕਿ ਥੋੜ੍ਹਾ ਜਿਹਾ ਹੋਵੇ ਇੱਥੇ ਡਰ ਹੋਵੇ ਅਤੇ ਕੋਈ ਕੰਟਰੋਲ ਹੋਵੇ ਤਾਂ ਫਿਰ ਇਹੋ ਜਿਹੀਆਂ ਮਤਲਬ ਕਿ ਅੱਡੇ ਦੇ ਵਿੱਚ ਹੀ ਮਤਲਬ ਕਿ ਛੋਟਾ ਜਿਹਾ ਅੱਡਾ ਹੈ ਅਤੇ ਮਤਲਬ ਇੰਨੀਆਂ ਘਟਨਾ ਕਿਉਂ ਵਾਪਰਨ? ਤੇ ਇਹਦੇ ਸੰਬੰਧ ਵਿੱਚ ਤੁਸੀਂ ਦਰਖਾਸਤ ਦਿੱਤੀ ਥਾਣੇ? ਹਾਂਜੀ ਹਾਂਜੀ ਦਿੱਤੀ। ਪੁਲਿਸ ਆਈ ਸੀ, ਮੌਕਾ ਵੇਖ ਕੇ ਗਈ? ਹਾਂਜੀ ਹਾਂਜੀ, ਮੌਕਾ ਵੇਖ ਕੇ ਚਲੇ ਗਏ ਜੀ। ਹਾਂਜੀ, ਇਹ ਮੇਨ ਰੋਡ ਪੈਂਦਾ, ਕਿਹੜਾ ਮੇਨ ਰੋਡ ਹੈ ਜੀ? ਮੇਨ ਰੋਡ ਹੈ ਇਹ ਖਲੜਾ ਹਰੀ ਕੇ। ਗੁਰਦੁਆਰਾ ਸਾਹਿਬ ਦਾ ਕੀ ਨਾਮ ਤੁਹਾਡੇ ਦਾ? ਹਾਂਜੀ, ਥੇ ਚਲ ਆ ਜੀ, ਬਾਬਾ ਬੁੱਢਾ ਸਾਹਿਬ ਥੇ ਚਲ। ਕਿੰਨਾ ਕੁ ਗੋਲਕ ਦਾ ਕਿੰਨਾ ਕੁ? ਸੁਖਰਾਜ ਸਿੰਘ ਜੀ, ਪਿੰਡ ਮੰਡਿਆਲਾ, ਜੈ ਸਿੰਘ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ ਗੁਰਦੁਆਰਾ, ਪਿੰਡ ਖੇਚਾਲ।
ਹਾਂਜੀ ਮੈਂ ਇੱਥੋਂ ਦਾ ਗਰੰਟੀ ਆ, ਮੈਂ 6 ਵਜੇ ਆਣ ਕੇ ਵੇਖਿਆ, ਜਦੋਂ 6 ਵਜੇ ਪ੍ਰਕਾਸ਼ ਕਰਦਾ ਕਿ ਆਉਂਦਿਆਂ ਨੂੰ ਜਿੰਦਰਾ ਟੁੱਟਾ ਹੋਇਆ ਸੀ ਅਤੇ ਗੋਲਕ ਚੋਕੇ ਲੈ ਗਏ ਚੋਰ, ਅਤੇ ਕੈਮਰੇ 'ਚ ਜਿਹੜਾ ਫੋਟੋ ਆਉਂਦੀ ਉਹ ਵੀ ਲਾ ਕੇ ਲੈ ਗਏ ਆ। ਮੈਂ ਪ੍ਰਧਾਨ ਸਾਹਿਬ ਨੂੰ ਫੋਨ ਕੀਤਾ, ਉਹ ਆਏ ਅਤੇ ਉਹਨਾਂ ਆਣ ਕੇ ਵੇਖਿਆ ਸਾਰੀ ਕਮੇਟੀ ਨੇ, ਅਤੇ ਉਹ ਨਜ਼ਰ ਨੂੰ ਸਾਰੀ ਸੰਗਤਾਂ। ਕਿੰਨਾ ਚਿਰ ਹੋ ਗਿਆ ਇੱਥੇ ਡਿਊਟੀ ਕਰਦਿਆਂ ਨੂੰ ਜੀ? 4 ਸਾਲ ਹੋ ਗਿਆ ਜੀ। ਅੱਗੇ ਕਦੀ ਕੋਈ ਵਾਰਦਾਤ ਨਹੀਂ ਹੋਈ? ਇਹ ਜੀ ਗੁਰਦੁਆਰਾ ਸਾਹਿਬ ਨਹੀਂ ਕੋਈ ਹੋਈ, ਲਾਗੇ ਲਾਗੇ ਵਾਰਤਾਂ ਨਿੱਕੀਆਂ ਮੋਟੀਆਂ ਹੁੰਦੀਆਂ ਹੀ ਰਹੀਆਂ, ਅਤੇ ਠੇਕਾ ਟੁੱਟਾ ਇੱਕ ਸਰੀਆ ਸੀ ਆਹ ਪੁਲ ਬਣਾਉਣ ਵਾਲਿਆ, ਇਹ ਉਹਨਾਂ ਚੋਕੇ ਲੈ ਗਏ ਆ। ਟੇਲਰ ਦੀ ਦੁਕਾਨ ਤੇ ਉਹਦਾ ਛੱਤ ਪੁੱਟ ਕੇ ਉਹਦਾ ਕੱਪੜਾ ਸਾਰਾ ਸੀ ਜੋ ਉਹ ਚੋਕੇ ਲੈ ਗਏ। ਚੋਰ ਕੋਈ ਫੜਿਆ ਕੀ ਪੁਲਿਸ ਨੇ? ਹਜੇ ਤੱਕ ਨਹੀਂ ਕੋਈ ਨਹੀਂ ਫੜਿਆ ਚੋਰ। ਕਿੰਨੀ ਕੁ ਦੂਰੀ 'ਤੇ ਪੈਂਦਾ ਜਿਹੜਾ ਥਾਣਾ ਹੈ? ਇਹ ਜੀ ਕਿਲ੍ਹਾ ਕੋ ਵਾਰਡ ਹੋ ਗਈ ਸਾਰੀ ਜਾਰੀ, ਯਾਨੀ ਕਿ 50 ਮੀਟਰ ਹੋ ਗਈ। ਅਤੇ ਕੀ ਮੰਗ ਕੀ ਕਰਦੇ ਹੋ ਤੁਸੀਂ ਹੁਣ? ਮੰਗ ਜੀ ਕਰਦੇ ਹਾਂ ਜੀ ਇਹ ਚੋਰੀ ਬਾਰੇ ਚੋਰਾਂ ਨੂੰ ਫੜਿਆ ਜਾਵੇ, ਅਤੇ ਸਾਡੀ ਰਾਖੀ ਦੇ ਬਾਰੇ ਇਹ ਸੋਚਿਆ ਜਾਵੇ ਪ੍ਰਸ਼ਾਸਨ ਸਾਰਾ। ਅਸੀਂ ਮੌਕਾ ਜਾ ਕੇ ਵੇਖਿਆ ਵਾ, ਉੱਥੋਂ ਇੱਕ ਗੋਲਕ ਚੋਰੀ ਹੋਈ ਆ, ਇੱਕ ਕੈਮਰਿਆਂ ਦਾ DDR ਚੋਰੀ ਹੋਇਆ ਵਾ, ਅਤੇ ਉਹ ਆਪਾਂ ਜਿਹੜੀ ਹੈਗੀ ਆ ਕਾਰਵਾਈ ਉੱਥੇ ਜਾ ਕੇ ਸਾਰੀ ਤਫਤੀਸ਼ ਕਰਕੇ ਫਿਰ ਅਮਲ ਵਿੱਚ ਲਿਆਉਂਦੀ ਜਾਊਗੀ, ਜੋ ਵੀ ਅੱਗੇ ਕਾਰਵਾਈ ਹੋਊਗੀ ਉਹ ਤੁਹਾਨੂੰ ਦੱਸੀਏ। ਫਿਰ ਸਰ ਕੀ ਨਾਮ ਹੈ ਗੁਰਦੁਆਰਾ ਸਾਹਿਬ ਦਾ ਜਿੱਥੇ ਚੋਰੀ ਹੋਈ ਹੈ? ਬਾਬਾ ਬੁੱਢਾ ਸਾਹਿਬ। ਪਿੰਡ ਕਿਹੜਾ ਪਿੰਡ ਹੈ ਸਰ? ਪਿੰਡ ਥੇਚਾ। ਅਤੇ ਕੀ ਕਾਰਨ ਕੀ ਆ ਸਰ ਵੀ ਥਾਣੇ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਉੱਥੇ ਚੋਰੀ ਹੋ ਗਈ ਹੈ? ਇਹ ਨਜ਼ਦੀਕ ਹੁਣ ਇਸ ਬਾਰੇ ਤਾਂ ਅਸੀਂ ਦੱਸ ਨਹੀਂ ਸਕਦੇ ਕੋਈ ਵੀ, ਮਤਲਬ ਵੀ ਲਾਗੇ ਥਾਣੇ ਦੇ, ਕਿਉਂਕਿ ਗਸ਼ਤ ਜਲਦੀ ਰਹਿੰਦੀ ਆ, ਦਿਆਲਪੁਰੇ ਗਸ਼ਤ ਚੱਲਦੀ ਆ, ਸਾਰੇ ਏਰੀਏ ਦੇ ਵਿੱਚ ਗਸ਼ਤ ਚੱਲਣ ਡਈ ਆ, ਤੇ ਚੋਰਾਂ ਬਾਰੇ ਹੁਣ ਪਤਾ ਨਹੀਂ ਲੱਗਦਾ ਕਿੱਥੇ ਇਹਨਾਂ ਨੇ ਚੋਰੀ ਕਰ। ਸਿਰਫ ਗੋਲਕ ਮਿਲੀ ਆ ਆਪਣੇ ਮੱਖੀ ਪਿੰਡ ਤੋਂ ਬਾਹਰ ਪਈ ਸੀ, ਉਹ ਅਸੀਂ ਲੈਣ ਦੀ ਕਬਜ਼ੇ ਵਿੱਚ ਲਏ। ਸਰ ਗੁਰਦੁਆਰਾ ਸਾਹਿਬ ਦੀ ਕਮੇਟੀ ਦਾ ਕਹਿਣਾ ਹੈ ਵੀ ਇੱਥੇ ਪਹਿਲਾਂ ਵੀ ਕਾਫੀ ਚੋਰੀਆਂ ਹੋ ਚੁੱਕੀਆਂ ਹੈ, ਅਤੇ ਜਿਹੜੀ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਜਾ ਰਹੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਨਹੀਂ ਪੁਲਿਸ ਤਾਂ ਜਿਹੜਾ ਵਾਲੀ ਚੋਰੀ ਹੁੰਦੀ ਆ ਉਸੇ ਵੇਲੇ ਪੁਲਿਸ 'ਤੇ ਕਰਦੀ ਕਾਰਵਾਈ ਮਤਲਬ ਪੂਰੀ ਕਰਦੀ ਆ। ਚੋਰ ਕਿਉਂ ਨਹੀਂ ਸਰ ਅਜੇ ਤੱਕ ਫੜੇ ਜਾ ਰਹੇ? ਚੋਰਾਂ ਦਾ ਤਾਂ ਬਹੁਤ ਜ਼ਿਆਦਾ ਪਿੱਛਾ ਕਰੀਦਾ ਵਾ, ਪਰ ਚੋਰ ਅਸੀਂ ਮਤਲਬ ਚੋਰ ਫੜੇ ਵੀ ਜਾਂਦੇ ਆ, ਚੋਰਾਂ ਦੇ ਪੱਚੇ ਵੀ ਦੇਈਦੇ ਆ, ਕੋਈ ਇੱਡੀ ਗੱਲ ਨਹੀਂ ਵੀ ਚੋਰ ਨਹੀਂ ਫੜੇ ਜਾਂਦੇ। ਹੁਣ ਇਹਦੇ ਸੰਬੰਧ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ? ਇਹ ਕਾਰਵਾਈ ਜੋ ਆਪਾਂ ਪੁੱਛਗਿੱਛ ਕਰਕੇ ਜੋ ਵੀ ਕਾਰਵਾਈ ਅਮਲ ਵਿੱਚ ਹੋਊਗੀ ਉਹਦੇ ਹਿਸਾਬ ਨਾਲ ਹੀ ਕਾਰਵਾਈ ਕਰਾਂਗੇ। ਠੀਕ ਹੈ ਜੀ। ਸਬਸਕ੍ਰਾਈਬ ਕਰੋ ਲੀਡਰ ਆਵਾਜ਼ TV ਨੂੰ, ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।